ਹੁਣ ਇੱਕ ਗਾਣਾ ਆ ਰਿਹਾ ਉਹਦਾ ਟਾਲੀ ਵਾਲੇ ਖੇਤ ਮੇਰਾ ਸੇਵਾ ਮੱਚੂਗਾ ਉਹ ਚ ਬਹੁਤ ਕੁਝ ਲਿਖਿਆ ਵਾ ਉਹ ਵੀ ਲੱਗੂਗਾ ਵੀ ਯਾਰ ਹੈ ਵੀ ਆ ਵੀ ਯਾਰ ਕਿਵੇਂ ਲਿਖ ਗਿਆ ਹਨ ਇਹ ਕੁਦਰਤੀ ਕੁਦਰਤ ਨੇ ਲਿਖਾਇਆ ਜਾਂ ਕੀ ਸੀ ਜਾਂ ਉਹਨੂੰ ਗਿਆਨ ਹੀ ਇੰਨਾ ਸੀ ਵੀ ਉਹ ਗਾਣਿਆਂ ਦੇ ਵਿੱਚ ਕੱਲੀ ਕੱਲੀ ਗੱਲ ਪਰੋ ਗਿਆ ਤੇ ਜਿਹੜੀ ਹੋਏ ਵੀ ਸੱਚ ਜਿੱਥੇ ਉਹਨੇ ਕਿਹਾ ਵੀ ਮੇਰੇ ਫਰਾਂਟ ਬਿੱਡੋ ਤੇ ਫੈਰ ਵੱਜਣਗੇ ਆਏ ਹੋਊਗਾ ਉਹ ਹੋਊਗਾ ਇਹ ਹੋਊਗਾ ਸਾਰੇ ਹੀ 100% ਬਾਈ ਸਹੀ ਹੋਇਆ ਹਰਾਨੀ ਵਾਲੀ ਗੱਲ ਐ ਉਹ ਬੰਦਾ ਦੇਖੋ ਮੈਂ ਫੇਰ ਗੱਲ ਕਰਦਾ ਮਾੜਾ ਜਾਂ ਗਾਣਾ ਹਿੱਟ ਹੋ ਜਾਏ ਬੰਦਾ ਚੰਡੀਗੜ੍ਹ ਪਾਈਦਾ ਹੈ ਹਨਾ ਉਹ ਬੰਦਾ ਕਨੇਡਾ ਚ ਰਹਿੰਦੇ ਹੋਏ ਆਪਦੇ ਪਿੰਡ ਆਇਆ ਪਿੰਡ ਆ ਕੇ ਉਹਨੇ ਇੱਥੇ ਹੀ ਆਪਦਾ ਕੰਮ ਸ਼ੁਰੂ ਕਰਿਆ ਇੱਥੇ ਹੀ ਉਹ ਸਾਰਾ ਕੁਝ ਕਰਦਾ ਸੀ ਪਿੰਡ ਨਾਲ ਜੁੜਿਆ ਸੀ ਆਪਦੇ ਪਿੰਡ ਦਾ ਫਿਕਰ ਕਰਦਾ ਸੀ ਆਪਦੇ ਜ਼ਿਲ੍ਹੇ ਦਾ ਫਿਕਰ ਕਰਦਾ ਸੀ ਆਪਦੇ ਪੰਜਾਬ ਦਾ ਫਿਕਰ ਕਰਦਾ ਸੀ ਉਹਨੂੰ ਇਹ ਲੱਗਦਾ ਸੀ ਵੀ ਮੈਂ ਆਪਣੇ ਲੋਕਾਂ ਲਈ ਕੁਝ ਕਰਾਂ ਆਪਣੇ ਲੋਕਾਂ ਲਈ ਕੁਝ ਕਰਾਂ ਪਰ ਉਹ ਜਦੋਂ ਹਰਿਆਤ ਉਹਨੇ ਇੱਕੋ ਹੀ ਗੱਲ ਕਹੀ ਸੀ ਕਹਿੰਦਾ ਸ਼ਾਇਦ ਲੋਕ ਮੈਨੂੰ ਸਮਝ ਹੀ ਨਹੀਂ ਸਕੇ ਪਰ ਹੁਣ ਪਛਤਾਉਂਦੇ ਆ ਹਰ ਇੱਕ ਬੰਦਾ ਪਛਤਾਉਂਦਾ ਯਾਰ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਪਰ ਆਬ ਪਛਤਾਵੇ ਕੀ ਹੋਗਾ ਜਦ ਚਿੜੀਆ ਚੋਗੀ ਖੇਤ ਹੁਣ ਤਾਂ ਉਹ ਹੈ ਹੀ ਨਹੀਂ ਹੁਣ ਤਾਂ ਪਛਤਾਈ ਜਾਓ ਨਾ ਪਛਤਾਈ ਜਾਓ ਦੁੱਖ ਇਸ ਗੱਲ ਦਾ ਵੀ ਅਸੀਂ ਜਿਉਂਦੇ ਦੀ ਕਦਰ ਨਹੀਂ ਕਰਦੇ ਕੋਈ ਵੀ ਹੈ ਅਸੀਂ ਜਿਉਂਦੇ ਤੇ ਅਸੀਂ ਉਹਦੇ ਚ ਨੌਕਸੀ ਕੱਢਣ ਲੱਗੇ ਰਹਿੰਨੇ ਆ ਜੇ ਕੋਈ ਬੰਦਾ ਕਾਮਯਾਬ ਹੁੰਦਾ ਸੀ ਉਹਦੀਆਂ ਲੱਤਾਂ ਖਿੱਚਣ ਤੇ ਹੀ ਲੱਗੇ ਰਹਿੰਨੇ ਆ 100 ਨੌਕਸ ਕੱਢਦੇ ਆ ਉਹ ਚ ਵੀ 100 ਨੌਕਸ ਕੱਢਿਆ ਜਾਂਦਾ ਸੀ ਉਹਦਾ ਕੋਈ ਗਾਣਾ ਆਉਂਦਾ ਸੀ ਹਰ ਇੱਕ ਗਾਣੇ ਤੇ ਕਿੰਤੂ ਪ੍ਰੰਤੂ ਕਰੀ ਜਾਂਦੀ ਸੀ ਹਨਾ ਉਹਨੂੰ ਦੱਬਣ ਦੀ ਕੋਸ਼ਿਸ਼ ਕਰੀ ਜਾਂਦੀ ਸੀ ਗਾਣੇ ਬਹੁਤ ਉਹਦੇ ਰਿਕਾਰਡ ਹੋਏ ਪਏ ਆ ਔਰ ਮੈਂ ਇੱਕ ਗੱਲ ਹੋਰ ਬਾਈ ਕਹਿਣੀ ਚਾਹੂੰਗਾ ਵੀ ਇੱਕ ਗਾਣਾ ਤਾਂ ਹੁਣ ਲੀਕ ਹੋ ਗਿਆ ਇੱਕ ਪਹਿਲਾਂ ਸਭਈ ਵਾਲ ਪਹਿਲਾਂ ਹੀ ਲੀਕ ਕਰਤਾ ਸੀ ਹਨਾ ਵੀ ਜਿਹੜੇ ਭਰਾ ਸੁਣਦੇ ਆ ਯਾਰ ਉਹਦੀ ਆਹ ਨਾ ਕਰੋ ਉਹਦੇ ਗਾਣੇ ਲੀਕ ਨਾ ਕਰੋ ਹੁਣ ਉਹਦੇ ਗਾਣੇ ਲੀਕ ਕਰਕੇ ਤੁਸੀਂ ਕੀ ਖੱਟ ਲੋਗੇ ਤੁਹਾਨੂੰ ਕੀ ਫਾਇਦਾ ਮਿਲ ਜੂਗਾ ਹਨਾ ਵੀ ਇਹ ਹੱਥ ਬੰਨ ਕੇ ਬੇਨਤੀ ਆ ਵੀ ਜਿਹਦੇ ਕੋਲੇ ਵੀ ਕੋਈ ਗਾਣਾ ਪਿਆ ਉਹ ਲੀਕ ਨਾ ਕਰੋ ਉਹਦੇ ਮਾਂ ਪਿਓ ਤੱਕ ਉਪੜ ਦੇ ਕਰੋ ਹਨਾ ਸੋਚ ਕੇ ਹੈਰਾਨ ਆ ਇਹ ਗੱਲ ਤੇ ਵੀ ਯਾਰ ਕਿਵੇਂ ਲਿਖ ਗਿਆ ਮੈਂ ਤਾਂ ਆਪ ਹੈਰਾਨ ਐ ਇਸ ਗੱਲ ਤੇ ਵੀ ਕਿਵੇਂ ਲਿਖ ਲਿਆ ਕਿਉਂਕਿ ਉਦੋਂ ਇਹ ਲੱਗਦਾ ਸੀਗਾ ਵੀ ਵੈਸੇ ਲਿਖ ਲਿਆ ਪਰ ਉਹ ਜਦੋਂ ਗਿਆ ਇਸ ਦੁਨੀਆ ਤੋਂ ਫਿਰ ਉਹਦੇ ਕੱਲੇ ਕੱਲੇ ਲਫ਼ਜ਼ ਦਾ ਸਾਮਝ ਆਇਆ ਹੁਣ ਇੱਕ ਗਾਣਾ ਆ ਰਿਹਾ ਉਹਦਾ ਟਾਲੀ ਵਾਲੇ ਖੇਤ ਮੇਰਾ ਸੇਵਾ ਮੱਚੂਗਾ ਉਹ ਚ ਬਹੁਤ ਕੁਝ ਲਿਖਿਆ ਵਾ ਉਹ ਵੀ ਲੱਗੂਗਾ ਵੀ ਯਾਰ ਹੈ ਵੀ ਆ ਵੀ ਯਾਰ ਕਿਵੇਂ ਲਿਖ ਗਿਆ ਹਨ ਇਹ ਕੁਦਰਤੀ ਕੁਦਰਤ ਨੇ ਲਿਖਾਇਆ ਜਾਂ ਕੀ ਸੀ ਜਾਂ ਉਹਨੂੰ ਗਿਆਨ ਹੀ ਇੰਨਾ ਸੀ ਵੀ ਉਹ ਗਾਣਿਆਂ ਦੇ ਵਿੱਚ ਕੱਲੀ-ਕੱਲੀ ਗੱਲ ਪਰੋ ਗਿਆ ਤੇ ਜਿਹੜੀ ਹੋਏ ਵੀ ਸੱਚ ਜਿੱਥੇ ਉਹਨੇ ਕਿਹਾ ਵੀ ਮੇਰੇ ਫਰਾਂਟ ਬਿੱਡੋ ਤੇ ਫਾਇਰ ਵੱਜਣਗੇ ਆਏ ਹੋਊਗਾ ਉਹ ਹੋਊਗਾ ਇਹ ਹੋਊਗਾ ਸਾਰੇ ਹੀ 100% ਬਾਈ ਸਹੀ ਹੋਇਆ ਹੈ ਹੈਰਾਨੀ ਵਾਲੀ ਗੱਲ ਹੈ ਇਹ ਉਹ ਬੰਦਾ ਦੇਖੋ ਨਾ ਫੇਰ ਗੱਲ ਕਰਦਾ ਮਾੜਾ ਜਿਹਾ ਗਾਣਾ ਹਿੱਟ ਹੋ ਜਾ ਬੰਦਾ ਚੰਡੀਗੜ੍ਹ ਭਜਦਾ ਹੈ ਹਨਾ ਉਹ ਬੰਦਾ ਕੈਨੇਡਾ 'ਚ ਰਹਿੰਦੇ ਹੋਏ ਆਪਦੇ ਪੈਨ ਡ ਆਇਆ ਪਿੰਡ ਆ ਕੇ ਉਹਨੇ ਇੱਥੇ ਹੀ ਆਪਦਾ ਕੰਮ ਸ਼ੁਰੂ ਕਰਿਆ ਇੱਥੇ ਹੀ ਉਹ ਸਾਰਾ ਕੁਝ ਕਰਦਾ ਸੀ ਪਿੰਡ ਨਾਲ ਜੁੜਿਆ ਸੀ ਆਪਦੇ ਪਿੰਡ ਦਾ ਫਿਕਰ ਕਰਦਾ ਸੀ ਆਪਦੇ ਜ਼ਿਲ੍ਹੇ ਦਾ ਫਿਕਰ ਕਰਦਾ ਸੀ ਆਪਦੇ ਪੰਜਾਬ ਦਾ ਫਿਕਰ ਕਰਦਾ ਸੀ ਉਹਨੂੰ ਇਹ ਲੱਗਦਾ ਸੀ ਵੀ ਮੈਂ ਆਪਣੇ ਲੋਕਾਂ ਲਈ ਕੁਝ ਕਰਾਂ ਆਪਣੇ ਲੋਕਾਂ ਲਈ ਕੁਝ ਕਰਾਂ ਪਰ ਉਹ ਜਦੋਂ ਹਰਿਆਤ ਉਹਨੇ ਕੋਈ ਗੱਲ ਕਹੀ ਸੀ ਕਹਿੰਦਾ ਸ਼ਾਇਦ ਲੋਕ ਮੈਨੂੰ ਸਮਝ ਹੀ ਨਹੀਂ ਸਕੇ ਪਰ ਹੁਣ ਪਛਤਾਉਂਦੇ ਆ ਹਰ ਇੱਕ ਬੰਦਾ ਪਛਤਾਉਂਦਾ ਯਾਰ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਪਰ ਆਪ ਪਸਤਾਵੇ ਕੀ ਹੋਗਾ ਜਬ ਚਿੜੀਆ ਚੌਗੀ ਖੇਤ ਹੁਣ ਤਾਂ ਉਹ ਹੈ ਹੀ ਨਹੀਂ ਹੁਣ ਤਾਂ ਪਸਤਾਈ ਜਾਓ ਨਾ ਪਸਤਾਈ ਜਾਓ ਦੁੱਖ ਇਸ ਗੱਲ ਦਾ ਵੀ ਅਸੀਂ ਜਿਉਂਦੇ ਦੀ ਕਦਰ ਨਹੀਂ ਕਰਦੇ ਕੋਈ ਵੀ ਹੈ ਅਸੀਂ ਜਿਉਂਦੇ ਤੇ ਅਸੀਂ ਉਹਦੇ ਚ ਨੌਕਸੀ ਕੱਢਣ ਲੱਗੇ ਰਹਿੰਨੇ ਆ ਜੇ ਕੋਈ ਬੰਦਾ ਕਾਮਯਾਬ ਹੁੰਦਾ ਸੀ ਉਹਦੀਆਂ ਲੱਤਾਂ ਖਿੱਚਣ ਤੇ ਹੀ ਲੱਗੇ ਰਹਿੰਨੇ ਆ 100 ਨੌਕਸ ਕੱਢਦੇ ਆ ਉਹ ਚ ਵੀ 100 ਨੌਕਸ ਕੱਢਿਆ ਜਾਂਦਾ ਸੀ ਉਹਦਾ ਕੋਈ ਗਾਣਾ ਆਉਂਦਾ ਸੀ ਹਰ ਇੱਕ ਗਾਣੇ ਤੇ ਕਿੰਤੂ ਪ੍ਰੰਤੂ ਕਰੀ ਜਾਂਦੀ ਸੀ ਹਨਾ ਉਹਨੂੰ ਦੱਬਣ ਦੀ ਕੋਸ਼ਿਸ਼ ਕਰੀ ਜਾਂਦੀ ਸੀ ਗਾਣੇ ਬਹੁਤ ਉਹਦੇ ਰਿਕਾਰਡ ਹੋਏ ਪਏ ਆ ਔਰ ਮੈਂ ਇੱਕ ਗੱਲ ਹੋਰ ਬਾਈ ਕਹਿਣੀ ਚਾਹੂੰਗਾ ਵੀ ਇੱਕ ਗਾਣਾ ਉਹਦਾ ਹੁਣ ਲੀਕ ਹੋ ਗਿਆ ਇੱਕ ਪਹਿਲਾਂ ਸਭੀ ਵਾਲ ਪਹਿਲਾਂ ਹੀ ਲੀਕ ਕਰਦਾ ਸੀ ਹਨਾ ਵੀ ਜਿਹੜੇ ਭਰਾ ਸੁਣਦੇ ਆ ਯਾਰ ਉਹਦੀ ਆਹੇ ਨਾ ਕਰੋ ਉਹਦੇ ਗਾਣੇ ਲੀਕ ਨਾ ਕਰੋ ਹੁਣ ਉਹਦੇ ਗਾਣੇ ਲੀਕ ਕਰਕੇ ਤੁਸੀਂ ਕੀ ਖੱਟ ਲੋਗੇ ਤੁਹਾਨੂੰ ਕੀ ਫਾਇਦਾ ਮਿਲ ਜੂਗਾ ਹਨਾ ਬਈ ਇਹ ਹੱਥ ਬੰਨ ਕੇ ਬੇਨਤੀ ਹੈ ਵੀ ਜਿਹਦੇ ਕੋਲੇ ਵੀ ਕੋਈ ਗਾਣਾ ਪਿਆ ਉਹ ਲੀਕ ਨਾ ਕਰੋ ਤੇ ਮਾਂ ਪਿਓ ਤੱਕ ਉਪੜ ਦੇ ਕਰੋ ਅੰਨ